कियाची न्यूज की खबर का हुआ असर। कियाची न्यूज में खबर प्रकाशित पिछले दिनों होने के बाद पूर्व सैनिक की हत्या के मामले में पुलिस के हाथ अभी तक खाली थे और परिवार के सदस्यों की ओर से एसएसपी के कार्यालय में रोष प्रदर्शन किया गया और पुलिस से मांग की गई कि जो आरोपी हैं उन्हें जल्द से जल्द पकड़ा जाए। पुलिस ने उनको आश्वासन दिलाया था कि 5 दिन में आरोपियों को पकड़ा जाएगा, जिसके चलते आज पुलिस के हाथ बड़ी कामयाबी लगी है और 4 आरोपियों को पकड़ लिया है। मर्डर केस होया सीगा जिहदे च एक एक्स सर्विसमैन रजिंदर दी डैथ हो गई सीगी ते कतल होया सीगा उहदा। उहदे विच जिहड़े 4 मेन अक्यूज सीगे उहनां नूं साडी पुलिस टीम ने बड़ी लंबी मशक्कत तों बाद अरैसट किया हैगा ते असीं हुण केस नूं फरदर इनवैसटीगेट कर रहे हैगे कि इहनां दे विच होर कि बंदे इहनां दे नाल सीगे जिन्हां ने इस वारदात नूं अंजाम दित्ता ते किस तरीके नाल आ वारदात पूरा जिहड़ा एविडेंस हैगा रेलीवेंट उह कलैक्ट करके ਤੇ ਕਿਹੜੇ ਲੋਕ ਸੀਗੇ ਜਿਹੜੇ ਇਹਨਾਂ ਨੂੰ ਸ਼ੈਲਟਰ ਕਰ ਰਹੇ ਨੇ ਉਹਨਾਂ ਬਾਰੇ ਪੜਤਾਲ ਕਰਕੇ ਉਹਨਾਂ ਨੂੰ ਬੁੱਕ ਕਰਾਂਗੇ। ਸਰ ਕਿੰਨੇ ਜਣਿਆਂ ਦੀ ਗ੍ਰਿਫਤਾਰੀ ਹੋਣੀ ਇਸ ਕੇਸ 'ਚ? 4 ਬੰਦਿਆਂ ਦੀ ਗ੍ਰਿਫਤਾਰੀ ਮੈਂ ਤੁਹਾਨੂੰ ਦੱਸਿਆ ਕਿ ਹੋ ਚੁੱਕੀ ਹੈਗੀ, ਜਿਹਦੇ ਵਿੱਚ ਕੀਮਤੀ ਲਾਲ ਅਤੇ ਉਹਦਾ ਇੱਕ ਭਤੀਜਾ ਹੈਗਾ ਸਿਵ, ਗੁਰਪ੍ਰੀਤ ਅਤੇ ਸੁਖਵਿੰਦਰ ਹੈਗੇ 4 ਲੋਕ। ਟੋਟਲ ਸਰ ਕਿੰਨੇ ਬੰਦੇ ਸੀਗੇ? ਇਹ ਟੋਟਲ ਜਿਹੜਾ ਹੈਗਾ ਮੁਕੱਦਮਾ ਜਦੋਂ ਦਰਜ ਹੋਇਆ ਸੀਗਾ ਉਹ 3 ਬੰਦਿਆਂ 'ਤੇ ਬਾਈ ਨੇਮ ਦਰਜ ਹੋਇਆ ਸੀਗਾ, ਉਸ ਤੋਂ ਇਲਾਵਾ 4-5 ਬੰਦੇ ਅਣਪਛਾਤੇ ਸੀਗੇ। ਹੁਣ ਅਸੀਂ ਇਹਨਾਂ ਦੀ ਪੁੱਛਗਿੱਛ ਤੋਂ ਜਾਂ ਅੱਗੇ ਇਨਵੈਸਟੀਗੇਟ ਕਰਕੇ ਕਿਹੜੇ ਕਿਹੜੇ ਬੰਦੇ ਸੀਗੇ ਜਿਨ੍ਹਾਂ ਦਾ ਰੋਲ ਸੀਗਾ ਮੌਕੇ 'ਤੇ ਹਾਜ਼ਰ ਸੀਗੇ ਉਹਨਾਂ ਬਾਰੇ ਪੜਤਾਲ ਕਰਕੇ ਨਾਮਜ਼ਦ ਕਰਾਂ। ਸਰ ਪੁਲਿਸ ਨੇ ਦੇਖੋ ਪੁਲਿਸ ਦਾ ਜਿਹੜਾ ਕੰਮ ਹੈਗਾ ਉਹ ਹੈਗਾ ਜਦੋਂ ਵਾਰਦਾਤ ਹੋ ਜਾਂਦੀ ਉਸ ਤੋਂ ਬਾਅਦ ਅਸੀਂ ਚੈਲੰਜ ਐਕਸੈਪਟ ਕਰਨ ਦੀ ਗੱਲ ਨਹੀਂ ਹੈਗੀ, ਜਦੋਂ ਵਾਰਦਾਤ ਹੋ ਜਾਂਦੀ ਉਸ ਦੇ ਨਾਲ ਹੀ ਅਸੀਂ ਉਸ ਕੇਸ 'ਚ ਲੱਗ ਜਾਂਦੇ ਹੁੰਦੇ ਹਾਂ ਅਤੇ ਈਵਨ ਸਾਡਾ ਪ੍ਰਿਵੈਂਟਿਵ ਅਤੇ ਡਿਟੈਕਟਿਵ 2 ਤਰੀਕੇ ਦੀ ਪੁਲਿਸਿੰਗ ਹੈਗੀ, ਯੂ ਨੋ ਇਟ ਬੈਟਰ। ਅਤੇ ਜਦੋਂ ਡਿਟੈਕਟਿਵ ਪੁਲਿਸਿੰਗ ਹੈਗੀ ਉਹਦੇ 'ਚ ਜਦੋਂ ਕੋਈ ਵਾਰਦਾਤ ਹੋ ਗਈ ਨਾਲ ਦੇ ਨਾਲ ਸਾਡੀ ਡਿਫਰੈਂਟ ਟੀਮਸ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੰਦੀ। ਅਤੇ ਜਿਹੜੀ ਤੁਸੀਂ ਗੱਲ ਕੀਤੀ ਕਿ ਹੁਣ 4 ਦਿਨ ਪਹਿਲਾਂ ਅਸੀਂ ਚੈਲੰਜ ਐਕਸੈਪਟ ਕੀਤਾ ਸੀਗਾ, ਅਸੀਂ ਚੈਲੰਜ ਪਹਿਲੇ ਦਿਨ ਤੋਂ ਐਕਸੈਪਟ ਕੀਤਾ ਹੋਇਆ ਸੀਗਾ ਅਤੇ ਸਾਡੀ ਟੀਮ SP ਵਿਰਕ ਸਾਹਿਬ, ਆਪਣੇ IPS ਅਫਸਰ ASP ਆਦਿੱਤਿਆ ਕੁਮਾਰ ਜੀ, DSP ਮਨਿੰਦਰ ਜੀ, ਇਹਨਾਂ ਦੀ ਨਿਗਰਾਨੀ ਹੇਠ ਸਾਡੀ 3 ਟੀਮਾਂ ਡਿਫਰੈਂਟ ਕੋਈ ਸਾਈਬਰ ਦਾ ਕੰਮ ਕਰ ਰਿਹਾ ਸੀਗਾ, ਕੋਈ ਜਿਹੜਾ ਹੈਗਾ ਲੋਕਲ ਇਨਵੈਸਟੀਗੇਸ਼ਨ ਕਰ ਰਿਹਾ ਸੀਗਾ, ਕੋਈ ਇੰਟਰਸਟੇਟ ਉਹਨਾਂ ਦੇ ਜਿਹੜੇ ਹੈਗੇ ਲਿੰਕਸ ਇਨਵੈਸਟੀਗੇਟ ਕਰ ਰਿਹਾ ਸੀਗਾ ਅਤੇ ਉਹਨਾਂ ਨੇ ਆਲ ਆਊਟ ਐਫਰਟਸ ਕੀਤੇ ਹੈਗੇ ਪਿਛਲੇ 20 ਦਿਨਾਂ ਵਿੱਚ। ਅਤੇ ਉਹਦਾ ਹੀ ਰਿਜ਼ਲਟ ਹੈਗਾ ਕਿ ਅਸੀਂ ਇਹਨਾਂ ਨੂੰ ਪਿਛਲੇ 5-6 ਦਿਨ ਤੋਂ ਪਹਿਲਾਂ ਇੱਕ ਬੰਦਾ ਫੜਿਆ, ਉਸ ਤੋਂ ਬਾਅਦ ਦੂਜਾ ਫੜਿਆ, ਔਰ ਫੜਿਆ ਅਤੇ ਉਹ ਪਿਛਲੇ 20 ਦਿਨਾਂ 'ਚ ਅਸੀਂ ਇਹਨਾਂ ਨੂੰ ਅਰੈਸਟ ਕਰ ਪਾਏ ਹੈ। ਲੜਾਈ ਝਗੜੇ ਦਾ ਜੋ ਪੁਲਿਸ ਦੀ ਇਨਵੈਸਟੀਗੇਸ਼ਨ ਵਿੱਚ ਆਇਆ ਹੈਗਾ ਜਿਸ ਦੇ ਦੌਰਾਨ ਜਿਹੜੀ ਪ੍ਰਾਇਮਰੀ ਇਨਵੈਸਟੀਗੇਸ਼ਨ ਹੈਗੀ, ਹੁਣ ਬਾਕੀ ਚੀਜ਼ਾਂ ਤੋਂ ਡਿਟੇਲ ਇਨਵੈਸਟੀਗੇਸ਼ਨ ਸਾਹਮਣੇ ਆਉਣੀ ਹੈਗੀ, ਬਟ ਪ੍ਰਾਇਮਰੀ ਇਨਵੈਸਟੀਗੇਸ਼ਨ 'ਚ ਲੜਾਈ ਦਾ ਕਾਰਨ ਹੈਗਾ ਕਿ 2 ਟਰੱਕਾਂ ਦੀ ਆਪਸ 'ਚ ਭਿੜੰਤ ਜਾਂ ਟਕਰਾਅ ਹੋਇਆ ਹੈਗਾ, ਉਸ ਤੋਂ ਬਾਅਦ 2 ਡਰਾਈਵਰਾਂ ਦਾ ਝਗੜਾ ਹੋਇਆ, ਉਸ ਤੋਂ ਬਾਅਦ ਅੱਗੇ ਲੋਕ ਇਹ 'ਚ ਇਨਵੋਲਵ ਹੁੰਦੇ ਗਏ ਅਤੇ ਉਹ ਜਿਹੜਾ ਝਗੜਾ ਹੋਇਆ ਉਹਦੇ ਦੌਰਾਨ ਮਾਰਪਿਟਾਈ ਇਹਨਾਂ ਨੇ ਕੀਤੀ ਹੈਗੀ ਅਤੇ ਉਸ ਤੋਂ ਜਿਹੜੀ ਬੰਦੇ ਦਾ ਕਤਲ ਕੀਤਾ ਗਿਆ ਉਹ ਮਾਰਪਿਟਾਈ ਦੇ ਦੌਰਾਨ। ਅਤੇ ਹੁਣ ਸਾਰੀ ਡਿਟੇਲ ਇਨਵੈਸਟੀਗੇਸ਼ਨ ਕਿਸ ਤਰੀਕੇ ਨਾਲ ਉਹਨਾਂ ਨੂੰ ਮਾਰਿਆ, ਕੀ ਚੋਟ ਉਹਨੂੰ ਪਹੁੰਚਾਈ ਹੈਗੀ, ਉਹ ਸਾਰੀ ਚੀਜ਼ਾਂ ਇਨ ਡਿਊ ਕੋਰਸ ਆਫ ਇਨਵੈਸਟੀਗੇਸ਼ਨ ਸਾਹਮਣੇ ਆਈ। ਰਿਮਾਂਡ ਕੁਝ ਦਿਨ ਦਾ ਲਿਆ? ਹਾਂਜੀ, ਅੱਜ ਅਸੀਂ ਕੋਰਟ 'ਚ ਪੇਸ਼ ਕਰ ਰਹੇ ਹਾਂ, ਇਹਨਾਂ ਦਾ ਰਿਮਾਂਡ ਅਸੀਂ ਲਵਾਂਗੇ ਅਤੇ ਅੱਗੇ ਫਰਦਰ ਡਿਟੇਲ ਇਨਵੈਸਟੀਗੇਸ਼ਨ। मीनाक्षी, आई एम ए गवर्नमेंट टीचर। मुझे इस जिम में आते हुए 1 साल हो गया है। मैंने 13 kg वेट रिड्यूस किया है। मुझे 3 साल हो गए जिम ज्वाइन किए हुए और मैंने 40 kg वेट किया। 4 महीने हो गए यहाँ पर आते हुए, तो मैंने यहाँ पर 22 kg वेट रिड्यूस किया हुआ है। मेरा नाम भावना है, मैं सुजानपुर से हूँ। 4 महीने पहले मैंने जिम ज्वाइन किया था, मेरा 86 वेट था, अब मेरा 20 kg रिड्यूस हो गया है। मेरी आप स्नैप देख सकते हो पहले की और अब की। काफ़ी टाइम तो इस जिम च आ रहे हैं, काफ़ी वधिया रिजल्ट मैनू मेरे बॉडी च देखने को मिले आ। वेलकम मल्होत्रा फिटनेस जिम, जिम ज्वाइन करो। सुबह का टाइम 5 तो लैके 10 बजे तक है और अपनी फिटनेस का ख्याल रखो और आके रिजल्ट वेखो, आके जिम के आके खुद ही तुम रिजल्ट मिलेगा और अपनी इम्यूनिटी स्ट्रोंग रखो।